14 ਦਸੰਬਰ ਅਕਾਲੀ ਦਲ ਦਾ ਸਥਾਪਨਾ ਦਿਵਸ। ਅਕਾਲੀ ਦਲ ਦੇ ਪ੍ਰਧਾਨ ਦੀ ਹੋਵੇਗੀ ਚੋਣ। ਟਕਸਾਲੀ ਦੇਣਗੇ ਅਕਾਲੀ ਦਲ ਨੂੰ ਚੁਣੌਤੀ। ਇਹ ਦੋ ਤਸਵੀਰਾਂ ਜਿਸ 'ਚ ਇੱਕ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਤਮਾਮ ਲੀਡਰਸ਼ਿਪ ਦਰਬਾਰ ਸਾਹਿਬ 'ਚ ਅਖੰਡ ਪਾਠ ਸਾਹਿਬ ਰਖਵਾ ਕੇ ਸੇਵਾ 'ਚ ਜੁਟੀ ਹੋਈ ਹੈ ਅਤੇ ਕੱਲ੍ਹ ਦਰਬਾਰ ਸਾਹਿਬ ਦੇ ਸਮੁੰਦਰੀ ਹਾਲ 'ਚ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਉੱਥੇ ਦੂਜੇ ਪਾਸੇ ਟਕਸਾਲੀ ਲੀਡਰ ਅਕਾਲੀ ਦਲ ਨੂੰ ਚੁਣੌਤੀ ਦੇਣ ਲਈ ਅੰਮ੍ਰਿਤਸਰ ਦੇ ਹਰਕ੍ਰਿਸ਼ਨ ਸਕੂਲ 'ਚ ਇਕੱਠੇ ਹੋ ਰਹੇ ਨੇ, ਜਿਸ 'ਚ ਅਕਾਲੀ ਦਲ ਦੇ ਦਿੱਗਜ ਲੀਡਰ ਸੁਖਦੇਵ ਸਿੰਘ ਢੀਂਡਸਾ ਵੀ ਪਹੁੰਚਣਗੇ, ਜੋ ਪਿਛਲੇ ਕਈ ਦਿਨਾਂ ਤੋਂ ਅਕਾਲੀ ਦਲ ਖਿਲਾਫ਼ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ। ਕੀ ਤੁਸੀਂ ਟਕਸਾਲੀਆਂ ਦੇ ਨਾਲ ਮਿਲ ਕੇ ਕੋਈ ਨਵਾਂ ਦਲ ਵੀ ਬਣਾ ਰਹੇ ਹੋ? ਕਿਉਂਕਿ ਚਰਚਾ ਕੁਛ ਨਹੀਂ, ਉਹਦਨ ਉਹਦਨ ਤੁਹਾਨੂੰ ਦੱਸਿਆ ਵੀ ਸਿਰਫ ਦਿਨ ਮਨਾਉਣ ਲਈ ਇਕੱਠੇ ਹੋ ਰਹੇ ਹਾਂ ਅਤੇ ਅੱਗੇ ਸਾਲ ਹੈ ਸ਼ਤਾਬਦੀ ਤਾਂ 100 ਸਾਲ ਤੱਕ ਅਗਲੇ ਸਾਲ ਹੋਣਗੇ ਪੂਰੇ, ਉਹ ਇੱਕ ਸਾਲ ਉਹਨੂੰ ਤਿਆਰੀ ਕਰਨ ਲਈ ਕਿ ਭਾਈ ਉਹਨਾਂ ਲੀਹਾਂ 'ਤੇ ਲਿਆਈਏ ਅਤੇ ਡੈਮੋਕ੍ਰੈਟਿਕ ਸਿਸਟਮ ਕਾਇਮ ਹੋਵੇ ਬਸ। ਭਾਵੇਂ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਨੂੰ ਮੁੜ ਲੀਹਾਂ 'ਤੇ ਲਿਆਉਣ ਦੀਆਂ ਗੱਲਾਂ ਕਰ ਰਹੇ ਨੇ, ਪਰ ਕਿਆਸ ਰਹੀਆਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੀ ਇਸ ਮੀਟਿੰਗ ਦਾ ਹਿੱਸਾ ਬਣ ਸਕਦੇ ਨੇ, ਕਿਉਂਕਿ ਪੰਜਾਬ ਦੀ ਰਾਜਨੀਤੀ 'ਚ ਨਵਾਂ ਮੋੜ ਲਿਆਉਣ ਲਈ ਬੈਂਸ ਪਹਿਲਾਂ ਹੀ ਢੀਂਡਸਾ ਨਾਲ ਇੱਕ ਮੀਟਿੰਗ ਕਰ ਚੁੱਕੇ ਨੇ। 14 ਤਰੀਕ ਤੋਂ 100ਵਾਂ ਸਾਲ ਚੜ੍ਹ ਜਾਣਾ। ਅਫਸੋਸ ਕਿ ਅਕਾਲੀ ਦਲ ਨੂੰ ਇੱਕ ਪਰਿਵਾਰ ਨੇ, ਚੰਦ ਬੰਦਿਆਂ ਨੇ, ਲੁੱਟ ਮਾਫੀਆ ਨੇ ਬਦਨਾਮ ਕੀਤਾ। ਸੋ ਬੜੀ ਲੰਬੀ ਵਿਚਾਰ ਵਟਾਂਦਰਾ ਢੀਂਡਸਾ ਸਾਹਿਬ ਦੇ ਨਾਲ ਹੋਇਆ। ਪੋਜ਼ਿਟਿਵ ਦਿਸ਼ਾ ਦੇ ਵਿੱਚ ਇਹ ਗੱਲਬਾਤ ਜਿਹੜੀ ਅੱਗੇ, ਕਿਉਂਕਿ ਇੱਕ ਦੁਖਾਂਤ ਪੰਜਾਬ ਪੱਖੀ ਜਿਹੜੇ ਪੰਜਾਬ ਪ੍ਰਸਤ ਲੋਕ ਹੈਗੇ ਆ, ਦੁਖਾਂਤ ਕਿ ਅਸੀਂ ਇਕੱਲੇ ਇਕੱਲੇ ਹਾਂ। ਦੱਸਦੀ ਕਿ ਟਕਸਾਲੀ ਲੀਡਰ ਲੋਕ ਸਭਾ ਚੋਣਾਂ 'ਚ ਵੀ ਨਵੀਂ ਪਾਰਟੀ ਬਣਾ ਕੇ ਇਲੈਕਸ਼ਨ ਲੜ ਚੁੱਕੇ ਨੇ, ਪਰ ਹਾਲੇ ਵੀ ਟਕਸਾਲੀ ਲੀਡਰ ਅਕਾਲੀ ਦਲ 'ਤੇ ਆਪਣਾ ਹੱਕ ਸਮਝਦੇ ਨੇ, ਜਿਸ ਨੂੰ ਲੈ ਕੇ ਸੁਖਦੇਵ ਸਿੰਘ ਢੀਂਡਸਾ ਵੀ ਅਕਾਲੀ ਦਲ ਨੂੰ ਮੁੜ ਲੀਹਾਂ 'ਤੇ ਲਿਆਉਣ ਦੀਆਂ ਗੱਲਾਂ ਕਰ ਰਹੇ ਨੇ। ਹੁਣ ਦੇਖਣਾ ਹੋਵੇਗਾ ਕਿ ਕੱਲ੍ਹ ਟਕਸਾਲੀ ਲੀਡਰਾਂ ਵੱਲੋਂ ਕੀਤੀ ਜਾ ਰਹੀ ਮੀਟਿੰਗ ਪੰਜਾਬ ਦੀ ਸਿਆਸਤ 'ਚ ਕੀ ਰੰਗ ਲਿਆਉਂਦੀ ਹੈ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।